ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸੋਨਪ੍ਰੀਤ ਜਵੰਦਾ ਅਤੇ ਅੱਜ ਅਸੀਂ ਹਾਂਜੀ ਜਿਹੜੀ ਰਿਲੀਜ਼ਿੰਗ ਕੀਤੀ ਜੀ ਕੀ ਕਹਿਣਾ ਅੱਜ ਅਸੀਂ ਇੱਥੇ ਆਏ ਅੰਮ੍ਰਿਤਸਰ 'ਚ, ਸਾਡੀ ਫਿਲਮ ਆ ਰਹੀ 29 April ਨੂੰ ਸਾਡੇ ਵਾਲੇ, ਉਹਦਾ ਟ੍ਰੇਲਰ ਅਤੇ ਅੱਜ ਉਹਦਾ ਇੱਕ ਟਾਈਟਲ ਸੌਂਗ ਰਿਲੀਜ਼ ਕੀਤਾ ਗਿਆ ਵਾ। ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਜੀ ਇਸ ਜਿਹੜੀ ਫਿਲਮ ਦੇ ਨਾਲ? ਸੰਦੇਸ਼ ਇਹ ਹੈ ਕਿ ਜਿਹੜੀ ਫਿਲਮ ਆ, ਇਹਦੀ ਕਹਾਣੀ ਬਲਵਿੰਦਰ ਸਿੰਘ ਗਰੇਵਾਲ ਹੋਣਾਂ ਦੀ ਲਿਖੀ ਹੋਈ ਆ ਅਤੇ ਉਸ 'ਤੇ ਬੇਸਡ ਹੈ ਫਿਲਮ। ਜਤਿੰਦਰ ਮੌਰ ਹੋਣੀ, ਜੋ ਪੰਜਾਬ ਦੇ ਬਹੁਤ ਵਧੀਆ ਨਾਮਵਰ ਡਾਇਰੈਕਟਰ ਨੇ, ਉਹਨਾਂ ਨੇ ਪਹਿਲਾਂ ਵੀ ਮਿੱਟੀ, ਸਿਕੰਦਰ, ਕਿੱਸਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਨੇ। ਸੋ ਹੁਣ ਆਪਣੀ ਅਗਲੀ ਫਿਲਮ ਲੈ ਕੇ ਆ ਸਾਡੇ ਵਾਲੇ, ਅਤੇ ਉਹਨਾਂ ਦਾ ਸਿਨੇਮਾ ਬਿਲਕੁਲ ਡਿਫਰੈਂਟ ਹੁੰਦਾ। ਜੇ ਉਹਨਾਂ ਦੀ ਪਹਿਲੀਆਂ ਫਿਲਮਾਂ ਦੇਖੋ ਅਤੇ ਕਿੱਸਾ ਪੰਜਾਬ ਨਸ਼ੇ 'ਤੇ ਸੀ, ਜਿਹੜੀ ਸਿਕੰਦਰ ਸੀ ਉਹ ਯੂਨੀਵਰਸਿਟੀ ਦੀ ਪੋਲੀਟਿਕਸ 'ਤੇ ਸੀਗੀ, ਮਿੱਟੀ ਜ਼ਮੀਨਾਂ 'ਤੇ ਸੀਗੀ, ਅਤੇ ਹੁਣ ਸਾਡੇ ਵਾਲੇ ਰਿਸ਼ਤਿਆਂ ਦੀ ਗੱਲ ਕਰਦੀ ਆ, ਪਿਆਰ ਮੁਹੱਬਤ ਦੀ ਗੱਲ ਕਰਦੀ ਆ, ਆਪਣੇਪਨ ਦੀ ਗੱਲ ਕਰਦੀ ਆ। ਕਿਤੇ ਨਾ ਕਿਤੇ ਕਮੀ ਤਾਂ ਖਲਦੀ ਹੋਏਗੀ ਜਿਹੜੀ ਦੀਪ ਸਿੱਧੂ? ਓਬਵੀਅਸਲੀ ਖਲਦੀ ਹੈ, ਅਸੀਂ ਇਕੱਠੇ ਨੇ ਕੰਮ ਕੀਤਾ, ਮੈਂ 2 ਫਿਲਮਾਂ ਕੀਤੀਆਂ ਦੀਪ ਨਾਲ, ਇਸ ਤੋਂ ਪਹਿਲਾਂ ਜੁਰਾ ਦਾ 2nd ਚੈਪਟਰ ਕੀਤੀ ਅਤੇ ਹੁਣ ਇਹ ਸਾਡੇ ਵਾਲੇ, ਅਤੇ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੂਗਾ ਕਿ ਹੁਣ ਅਸੀਂ ਇਹ ਪ੍ਰਮੋਸ਼ਨ ਕਰਦੇ ਹਾਂ, ਜੇ ਦੀਪ ਹੁੰਦਾ ਉਹ ਸਾਡੇ ਨਾਲ ਹੁੰਦਾ, ਅਤੇ ਉਹ ਕਿਉਂਕਿ ਉਹਦੀ ਫਿਲਮ ਬੜੀ ਪਸੰਦੀਦਾ ਫਿਲਮ ਸੀ ਇਹ। ਕਿਤੇ ਨਾ ਕਿਤੇ ਇਹ ਫਿਲਮ ਜਿਹੜੀ ਆ ਵੀ ਉਹਨਾਂ ਨੂੰ ਇੱਕ ਸ਼ਰਧਾਂਜਲੀ ਵੀ ਮੰਨੀ ਜਾਏਗੀ? ਸ਼ਰਧਾਂਜਲੀ ਓਬਵੀਅਸਲੀ, ਜਦੋਂ ਆਖਰੀ ਫਿਲਮ ਤਾਂ ਸ਼ਰਧਾਂਜਲੀ ਮੰਨੀ ਜਾਏਗੀ ਨਾ, ਅਤੇ ਅਸੀਂ ਜੋ ਨਿਭਾ ਰਹੇ ਸਾਡੇ ਨਾਲ ਹੁੰਦਾ, ਸਾਨੂੰ ਹੋਰ ਹੌਸਲਾ ਹੁੰਦਾ। ਲੋਕਾਂ ਦਾ ਪਿਆਰ ਬੜਾ ਹੈ, ਕਿਤੇ ਨਾ ਕਿਤੇ ਲੋਕਾਂ ਨੂੰ ਸੰਦੇਸ਼ ਕੀ ਅਪੀਲ ਕੀ ਕਰਨਾ ਚਾਹੁੰਦੇ? ਅਪੀਲ ਹੈ ਕਿ ਫਿਲਮ ਜ਼ਰੂਰ ਦੇਖਣ ਜਾਓ। ਜੋ ਦੀਪ ਗੱਲ ਕਰਦਾ ਸੀ, ਜੋ ਪੰਜਾਬ ਦੀ ਹੋਂਦ ਦੀ ਗੱਲ ਕਰਦਾ ਸੀ, ਜੋ ਪੰਜਾਬ 'ਚ ਭਾਈਚਾਰੇ ਦੀ ਗੱਲ ਕਰਦਾ ਸੀ, ਉਹ ਇਸ ਫਿਲਮ 'ਚ ਦਿਖਾਇਆ ਗਿਆ ਵਾ, ਅਤੇ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਹਾਂ, ਜਿਵੇਂ ਜੋ ਦੀਪ ਗੱਲਾਂ ਕਰਦਾ ਸੀ, ਵਾਕਈ ਉਹ ਜਿਹੀਆਂ ਫਿਲਮਾਂ ਬਣਾਉਣੀਆਂ ਚਾਹੁੰਦਾ ਸੀ, ਭਾਵੇਂ ਉਹਨੇ ਜੁਰਾ ਕੀਤੀ, ਉਹ ਸਾਰੀ ਰਾਜਨੀਤੀ ਉੱਤੇ ਬੇਸ ਸੀਗੀ। ਇਹ ਆ, ਇਹ ਪਿਆਰ ਦੀ ਗੱਲ ਕਰਦੀ ਆ, ਪਰਿਵਾਰਾਂ ਦੀ ਗੱਲ ਕਰਦੀ ਆ, ਰਿਸ਼ਤਿਆਂ ਦੀ ਗੱਲ ਕਰਦੀ ਆ। ਸੋ 29 ਨੂੰ ਦੇਖਣ ਜਾਓ, ਉਹਨੂੰ ਸ਼ਰਧਾਂਜਲੀ ਵੀ ਹੋਊਗੀ। ਇੱਕ ਇਹ ਮੇਰਾ ਦੀਪ ਸਿੱਧੂ ਦੇ ਵੱਡੇ ਭਰਾ ਦਾ ਕਿਰਦਾਰ ਆ, ਮੈਂ ਅਤੇ ਦੀਪ ਦੋਨੇ ਗੁੱਗਲ ਦੇ ਬੇਟੇ ਹਾਂ, ਅਤੇ ਉਹ ਛੋਟਾ ਕਬੱਡੀ ਖੇਡਦਾ ਅਤੇ ਮੈਂ ਬਾਕੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹਾਂ, ਅਤੇ ਕਿਸ ਤਰ੍ਹਾਂ ਉਹ ਸਭ ਤੋਂ ਬਾਗੀ ਹੋ ਕੇ ਕੁਝ ਫੈਸਲੇ ਲੈਣ ਦੀ ਕੋਸ਼ਿਸ਼ ਕਰਦਾ ਅਤੇ ਅਸੀਂ ਰੋਕਦੇ ਹਾਂ ਉਹਨੂੰ, ਬਟ ਆਖਿਰਕਾਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਲੱਗਦਾ ਕਿ ਨਹੀਂ, ਉਹਦੇ ਜੋ ਫੈਸਲੇ ਸੀ ਉਹ ਸਹੀ ਸੀ, ਅਤੇ ਸਾਰਾ ਪਰਿਵਾਰ ਉਹਦੇ ਫੈਸਲੇ ਮੰਨਦਾ ਆ। ਉਹ ਫੈਸਲੇ ਕੀ ਨੇ, ਮੈਂ ਚਾਹੂੰਗਾ ਉਹ ਫਿਲਮ 'ਚ ਜ਼ਰੂਰ ਦੇਖਿਓ ਜਾ ਕੇ। ਸਰ, ਅੱਜ ਕੱਲ੍ਹ ਜਿੱਦਾਂ ਨਸ਼ਾ ਵੱਧਦਾ ਜਾ ਰਿਹਾ, ਇਸ ਫਿਲਮ ਜਿੱਦਾਂ ਕਬੱਡੀ ਜਿੱਦਾਂ ਨੱਪੀ ਜਾ ਰਹੀ, ਸਰਕਾਰਾਂ ਨੂੰ ਕੀ ਅਪੀਲ ਕਰੋਗੇ ਕਿ ਇੱਦਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਜੋ ਪੰਜਾਬ 'ਚ? ਖੇਡਾਂ ਤਾਂ ਹੋਣੀਆਂ ਚਾਹੀਦੀਆਂ, ਖੇਡਾਂ ਸਾਰੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸਾਡੀਆਂ ਬਹੁਤ ਸਾਰੀਆਂ ਖੇਡ, ਕਬੱਡੀ ਸਾਡੀ ਮਾਂ ਖੇਡ ਆ, ਹੋਰ ਬਹੁਤ ਸਾਰੀਆਂ ਖੇਡਾਂ ਨੇ, ਖੋ ਖੋ ਆ ਜਾਂ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਖੇਡਾਂ ਨੇ, ਖੇਡਾਂ ਵਧਣਗੀਆਂ ਅਤੇ ਜਿਹੜੀ ਨੌਜਵਾਨੀ ਆ ਉਹ ਥੋੜ੍ਹੀ ਜਿਹੀ ਬਿਜ਼ੀ ਹੋ ਜੂਗੀ, ਹੈ ਨਾ, ਕਿ ਕਿਤੇ ਨਾ ਕਿਤੇ, ਕਿਉਂਕਿ ਮੈਂ ਮੰਨਦਾ ਠੀਕ ਹੈ ਨਸ਼ਾ ਹੈਗਾ, ਪਰ ਜਿੰਨਾ ਦਿਖਾਇਆ ਜਾਂਦਾ ਓਨਾ ਨਹੀਂ ਹੈਗਾ ਪੰਜਾਬ 'ਚ, ਬਟ ਜਿੰਨਾ ਵੀ ਹੈਗਾ ਆ ਉਹ ਵੀ ਖਤਮ ਹੋਣਾ ਚਾਹੀਦਾ, ਕਿਉਂਕਿ ਸਾਡੇ ਲਈ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਹੋਰ ਬਹੁਤ ਕੰਮ ਨੇ ਕਰਨ ਲਈ, ਅਤੇ ਆਪਾਂ ਦਿਮਾਗ ਨੂੰ ਵਿਹਲਾ ਨਾ ਰੱਖ ਕੇ ਕਿਸੇ ਕੰਮ ਲੱਗੀਏ ਤਾਂ ਜੋ ਪੁੱਠੇ ਕੰਮਾਂ ਤੋਂ ਆਪਾਂ ਬਚ ਸਕੀਏ। ਖੇਡ ਵੀ ਆ, ਪਰਿਵਾਰਾਂ ਦੀ ਗੱਲ ਵੀ ਕਰਦੀ ਆ ਇਹ, ਰਿਸ਼ਤਿਆਂ ਦੀ ਗੱਲ ਵੀ ਕਰਦੀ ਆ ਇਹ, ਤੁਹਾਡੇ ਪਿੰਡਾਂ 'ਚ ਜੋ ਕਈ ਵਾਰ ਕੋਈ ਫੁੱਫੜ ਬਾਹਲੀ ਤੇਜ਼ ਹੁੰਦਾ ਪਿੰਡ 'ਚ, ਹੈ ਨਾ, ਆ ਕੇ ਇਹ ਕਹਿੰਦੇ ਵੀ ਇਹ ਲੜਾਕ, ਇਹਨੇ ਘਰੇ ਆ ਕੇ ਲੜਨਾ ਹੀ ਆ, ਕਈ ਵਾਰ ਮਾਮੇ ਘੱਟ ਹੁੰਦੇ ਆ, ਫੁੱਫੜ ਪਰਾਹੁਣੇ ਵੱਧ ਤੇਜ਼ ਹੁੰਦੇ ਨੇ। ਸੋ ਪਰਿਵਾਰਾਂ ਦੀ ਜੋ ਆਪਸ ਵਿੱਚ ਖੁੰਦਕ ਆ, ਕਿਉਂ ਆ, ਕੀ ਗੱਲਾਂ ਹੁੰਦੀਆਂ ਪਿੰਡਾਂ 'ਚ, ਹੈ ਨਾ, ਸ਼ਰੀਕੇਬਾਜ਼ੀ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਪੈ ਜਾਂਦੀ ਆ, ਹੈ ਨਾ, ਰੂੜੀ ਪਿੱਛੇ ਲੜ ਪੈਂਦੇ ਅਤੇ ਪੰਜ ਸੱਤ ਸਾਲ ਬੋਲਦੇ ਨਹੀਂ ਹੈਗੇ, ਉਸ ਸਾਰੇ ਇਹ ਗੱਲ ਸਾਰੇ ਪਿੰਡਾਂ 'ਚ ਹੀ ਆ, ਚਾਹੇ ਉਹ ਮਾਲਵੇ ਦੇ ਨੇ, ਚਾਹੇ ਉਹ ਮਾਝੇ ਦੇ ਨੇ, ਚਾਹੇ ਦੁਆਬੇ ਦੇ ਨੇ, ਹੈ ਨਾ। ਸੋ ਉਹਨਾਂ ਚੀਜ਼ਾਂ ਦਿਖਾਇਆ ਗਿਆ ਕਿ ਸਾਡੀਆਂ ਦੁਸ਼ਮਣੀਆਂ ਸਾਡੇ ਪਿਆਰ ਤੋਂ ਵੱਡੀਆਂ ਨਹੀਂ ਹੋ ਸਕਦੀਆਂ, ਪਿਆਰ ਹਮੇਸ਼ਾ ਹੀ ਵੱਡਾ ਰਹੂਗਾ, ਅਤੇ ਉਹੀ ਗੱਲ ਇਹ ਫਿਲਮ 'ਚ ਦਿਖਾਈ ਗਈ ਕਿ ਪਿਆਰ ਹਮੇਸ਼ਾ ਹੀ ਵੱਡਾ ਰਹਿੰਦਾ ਵਾ, ਚਾਹੇ ਆਪਾਂ ਲੜੇ ਹੋਈਏ, ਚਾਹੇ ਆਪਾਂ ਦੁਸ਼ਮਣੀਆਂ ਪਾਲੀਏ, ਕਿਤੇ ਨਾ ਕਿਤੇ ਪਿਆਰ ਉਹਨਾਂ ਨੂੰ ਜਿੱਤ ਹੀ ਲੈਂਦਾ ਵਾ।